ਤੇ ਕੈਨੇਡਾ ਵਿੱਚ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਾਨਤਾ ਮਿਲੀ ਹੋਈ ਹੈ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖ ਹੈਰੀਟੇਜ ਮੰਥ ਬੜੇ ਹੀ ਚਾਅ ਨਾਲ ਮਨਾਇਆ ਜਾਂਦਾ ਹੈ। ਐਨਡੀਪੀ ਪਾਰਟੀ ਦੇ ਐਮਪੀਜ਼ ਵੱਲੋਂ ਬ੍ਰੈਂਪਟਨ ਦੇ ਗ੍ਰੈਂਡ ਐਮਪਾਇਰ ਬੈਂਕਟ ਹਾਲ ਵਿੱਚ ਸਿੱਖ ਹੈਰੀਟੇਜ ਮੰਥ ਮਨਾਇਆ ਗਿਆ। ਇਸ ਮੌਕੇ ਤੇ ਐਨਡੀਪੀ ਦੀ ਫੈਡਰਲ ਲੀਡਰ ਜਗਮੀਤ ਸਿੰਘ ਅਤੇ ਓਨਟੇਰੀਓ ਐਨਡੀਪੀ ਦੀ ਲੀਡਰ ਐਂਡਰੀਆ ਹਾਰਵਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਸਮੁੱਚੀ ਕੌਮ ਨੂੰ ਵਿਸਾਖੀ ਦੀਆਂ ਅਤੇ ਖਾਲਸੇ ਦੀ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਨਾਲ ਹੀ ਉਹਨਾਂ ਸਿੱਖ ਹੈਰੀਟੇਜ ਮੰਥ ਦੌਰਾਨ ਸਿੱਖ ਕਮਿਊਨਿਟੀ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਉਲੀਕੇ ਜਾਂਦੇ ਸਮਾਗਮਾਂ ਦੀ ਸ਼ਲਾਘਾ ਵੀ ਕੀਤੀ। The budget is extremely troubling because it shows that this government's priority is booze and branding. Those things are not what are on top of mind for Ontario families. Those things are not what Ontario families see as the most important challenges that they face. And so when you talk about, you know, booze 60 times in a budget, but you don't talk about the fastest growing or the second fastest growing community in the entire country and the needs that it has, you completely ignore that. Then you see a government that's completely out of touch with with Bramptonians and completely out of touch with the rest of Ontario. Nobody wanted booze to be served in restaurants at 9 o'clock in the morning. During the campaign, not a single person said to me, Andrea, we want booze in parks and we want booze in restaurants at 9 o'clock in the morning and we want tailgate parties. Not a single Ontarian said that to me. What they said is, we can't afford our prescriptions. We need help from the government. What they said is, we don't want to see our loved ones in hallways in hospitals with no dignity and no privacy, not getting the kind of health care that they deserve. What we heard is people say, I can't afford to take my kids to the dentist, even when they have serious pain in their mouth. We need help from the government. What we got is a government that doesn't believe it's their job to help. We believe differently, and so we're going to try to fight this government's wrong-headed, backwards cuts, and we're going to make sure that when the next election comes, people know that they can elect a government that really does put people at the center and the heart of every decision that gets made. Thank you. Khalsa, Vaheguru Ji Ki Fateh, Namaste, Assalamu Alaikum. We're here celebrating Sikh Heritage Month. ਬਹੁਤ ਮਾਣ ਹੈ ਕਿ ਅੱਜ ਆਪਾਂ ਐਂਡਰਿਊ ਹਾਰਵਥ ਜੋ ਕਿ ਆਨਟੇਰੀਓ NDP ਲੀਡਰ ਨਾਲੇ ਅਫੀਸ਼ੀਅਲ ਆਪੋਜੀਸ਼ਨ ਦੇ ਵੀ ਲੀਡਰ ਨੇ ਅਤੇ ਬ੍ਰੈਂਪਟਨ ਦੇ MPP ਦੇ ਨਾਲ ਕੈਵਿਨ ਯਾਰਡ, ਸੇਰਾ ਸਿੰਘ ਅਤੇ ਮੇਰੇ ਭਾਈ ਗੁਰਤਨ ਸਿੰਘ ਦੇ ਨਾਲ ਸਾਨੂੰ ਸਿੱਖ ਹੈਰੀਟੇਜ ਮੰਥ ਨਾਲੇ ਵਿਸਾਖੀ ਦੀ ਵਧਾਈਆਂ ਲਈ ਆਪਾਂ ਇਕੱਠੇ ਹੋ ਸਕੇ। ਬਹੁਤ ਮਾਣ ਹੈ ਅਤੇ ਆਪਾਂ ਸਾਰੀ ਕਮਿਊਨਿਟੀ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਸਹਾਇਤਾ ਦਿੱਤੀ ਹੈ ਅਤੇ ਉਹਨਾਂ ਦੇ ਮਦਦ ਅਤੇ ਸਹਾਇਤਾ ਦੇ ਨਾਲ ਆਪਾਂ ਕਾਫੀ ਕੰਮ ਕਰ ਸਕੇ। ਹੁਣ ਹੋਰ ਵੀ ਬਹੁਤ ਕੰਮ ਰਹਿੰਦਾ, ਉਹ ਵੀ ਆਪਾਂ ਇਕੱਠੇ ਹੋ ਕੇ ਕਰਾਂਗੇ। ਆਪਾਂ ਬਹੁਤ ਤਰੱਕੀ ਕੀਤੀ ਹੈ ਅਤੇ ਇਹ ਜ਼ਰੂਰ ਮੰਨਣਾ ਚਾਹੀਦਾ ਕਿ ਜਿੱਥੇ ਆਪਾਂ ਪਹੁੰਚੇ ਆ ਆਪਾਂ ਪਹੁੰਚੇ ਕਿਉਂਕਿ ਬਹੁਤ ਸਾਰੇ ਬੰਦਿਆਂ ਨੇ ਪਹਿਲਾਂ ਕੁਰਬਾਨੀਆਂ ਕੀਤੀਆਂ, ਸੈਕਰੀਫਾਈਸ ਬਹੁਤ ਕੀਤਾ, ਸਟਰਗਲ ਵੀ ਬਹੁਤ ਕੀਤਾ ਅਤੇ ਉਹਨਾਂ ਦੇ ਸਟਰਗਲ ਕਰਕੇ ਹੀ ਆਪਾਂ ਇੱਥੇ ਪਹੁੰਚ ਸਕੇ। ਹੁਣ ਜੇ ਮੈਂ ਛੋਟਾ ਸੀਗਾ, ਜਦੋਂ ਮੈਂ ਛੋਟਾ ਸੀਗਾ 10 ਸਾਲ ਦਾ, ਮੈਂ ਕਦੇ ਮੇਰੇ ਸੁਪਨੇ 'ਚ ਵੀ ਨਹੀਂ ਸੀ ਕਿ ਮੈਂ ਕਦੇ ਪ੍ਰਧਾਨ ਮੰਤਰੀ ਦੀ ਦੌੜ ਲਈ ਵਿੱਚ ਸ਼ਾਮਿਲ ਹੋਣਾ ਅਤੇ ਹੁਣ ਕੁਛ ਕੁ 6 ਮਹੀਨਿਆਂ ਦੇ ਵਿੱਚ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਮੈਂ ਦਾਸ ਖੁਦ ਹੋਊਂਗਾ, ਜੋ ਕਿ ਮੈਂ ਚਾਹੁੰਦਾ ਕਿ ਇਕੱਲੇ ਸਿੱਖਾਂ ਨੂੰ ਪਰ ਪੂਰੇ ਸਾਰੇ ਕਨੇਡੀ ਨੁਆਏ ਜਾਂ ਘੱਟਗਿਣਤੀ ਸਮਾਜਾਂ ਨੂੰ ਇੱਦਾਂ ਮਹਿਸੂਸ ਹੋਵੇ ਕਿ ਕੋਈ ਵੀ ਤਰੱਕੀ ਕਰ ਸਕਦਾ। ਜੇ ਆਪਾਂ ਇਕੱਠੇ ਹੋ ਕੇ ਕੰਮ ਕਰਦੇ ਹਾਂ ਤਾਂ ਆਪਾਂ ਕੁਛ ਵੀ ਕਰ ਸਕਦੇ ਹਾਂ। ਕਹਿ ਸਕਦਾ ਜਦੋਂ ਮੈਂ ਬਚਪਨ ਦੇ ਵਿੱਚ ਧੱਕਾਸ਼ਾਹੀ ਕਾਫੀ ਮਹਿਸੂਸ ਕੀਤਾ ਸੀਗਾ ਕਿਉਂਕਿ ਮੇਰੇ ਸਰੂਪ ਕਰਕੇ, ਦਸਤਾਰ ਕਰਕੇ, ਮੇਰੇ ਆਈਡੈਂਟੀ ਕਰਕੇ, ਮੇਰੇ ਪਛਾਣ ਕਰਕੇ ਮੈਨੂੰ ਮਨ ਸੀਗਾ ਕਿ ਮੈਂ ਕਿੱਦਾਂ ਕੀ ਕਰ ਸਕਦਾ ਕਿ ਆਉਣ ਵਾਲੀ ਪੀੜ੍ਹੀ ਲਈ ਥੋੜ੍ਹੀ ਜਿਹਾ ਰਸਤਾ ਸੌਖਾ ਹੋਵੇ, ਕਿ ਉਹਨਾਂ ਲਈ ਇੰਨਾ ਜਿਹੜਾ ਧੱਕਾਸ਼ਾਹੀ ਜੋ ਮੈਨੂੰ ਮਹਿਸੂਸ ਕਰਨਾ ਪਿਆ ਕਿ ਉਹਨੂੰ ਮਹਿਸੂਸ ਨਾ ਕਰਨਾ ਪਵੇ। ਅਤੇ ਸਿੱਖ ਹੈਰੀਟੇਜ ਮੰਥ ਦਾ ਇਹ ਇੱਕ ਮਕਸਦ ਸੀਗਾ ਕਿ ਲੋਕਾਂ ਨੂੰ ਜਦੋਂ ਪਤਾ ਲੱਗਦਾ ਕਿ ਆਪਾਂ ਕੌਣ ਹੈ, ਕਿ ਸਿੱਖ ਕੌਣ ਨੇ, ਫਿਰ ਜਿਹੜਾ ਡਰ ਹੁੰਦਾ ਅਗਿਆਨ ਤੋਂ, ਜਿਹੜਾ ਲੈਕ ਆਫ ਨੌਲੇਜ ਤੋਂ ਜਿਹੜਾ ਡਰ ਹੁੰਦਾ, ਉਹਨੂੰ ਆਪਾਂ ਰਿਪਲੇਸ ਕਰ ਸਕਦੇ ਹਾਂ ਗਿਆਨ ਦੇ ਨਾਂ 'ਤੇ। ਫਿਰ ਜਦੋਂ ਗਿਆਨ ਹੁੰਦਾ ਕੰਪੈਸ਼ਨ ਹੁੰਦਾ। ਹੁਣ ਦੇਖੋ ਇਕੱਲੇ ਇੱਕ ਸੂਬੇ 'ਚ ਨਹੀਂ, ਆਨਟੇਰੀਓ 'ਚ ਨਹੀਂ, ਹੁਣ ਵੱਖ ਵੱਖ ਸੂਬਿਆਂ 'ਚ ਹੀ ਪੈਸ ਹੋ ਰਿਹਾ ਅਤੇ ਆਸ ਕਰਦਾ ਕਿ ਪੂਰਾ ਕੈਨੇਡਾ ਵਾਈਡ ਵੀ ਪੈਸ ਹੋ ਜਾਵੇ। ਮੇਰੇ ਸੁਪਨੇ ਤੋਂ ਦੂਰ ਹੈ ਜੋ ਹੋਇਆ, ਅਤੇ ਮੈਂ ਆਸ ਕਰਦਾ ਕਿ ਆਉਣ ਵਾਲੀ ਪੀੜ੍ਹੀ ਲਈ ਥੋੜ੍ਹਾ ਜਿਹਾ ਰਸਤਾ ਸੌਖਾ ਹੋਵੇ ਅਤੇ ਜਿੰਨਾ ਕੁ ਵੀ ਆਪਾਂ ਅਹਿੰਸਾ ਅਤੇ ਵਾਇਲੈਂਸ ਅਤੇ ਹੇਟ ਅਤੇ ਨਫ਼ਰਤ ਨੂੰ ਖਤਮ ਕਰ ਸਕਦੇ ਹਾਂ, ਉਨਾ ਹੀ ਆਪਾਂ ਇੱਕ ਸੋਹਣਾ ਸਮਾਜ ਬਣਾ ਸਕਦੇ ਹਾਂ। ਅਤੇ ਮੇਰੇ ਮਨ 'ਚ ਇਹ ਆਸ ਹੈ ਕਿ ਆਪਾਂ ਵਧੀਆ ਸਮਾਜ ਬਣਾ ਸਕਦੇ ਹਾਂ।